सत श्री अकाल। नवीआं ते ताजीआं खबरां देखण लई साडी ए तिमान चैनल नूं सबसक्राइब करो अते बैल आइकन दबाउणा ना भुल्लो। ए तिमान चैनल देख रहे सारे दर्शकां नूं मेरे वल्लों यानी मनप्रीत कौर वल्लों प्यार भरी सत श्री अकाल। पंजाबी संगीत जगत विच स्टेट सैकटरी की भूमिका निभाउण लई वड्डा नामणा खट रहे सनी गिल बड़ौती की माता दिलबार कौर, जो पिछले दिनी अकाल चलाना कर गए सन, उन्हां दी आत्मिक शांति लई गुरद्वारा साहिब पिंड बड़ौती विखे अंतिम अरदास मौके रिश्तेदार साख संबंधियों तो इलावा गायक कलाकार गीतकार संगीतकार अते होर भी नामवर शख्सियत मौजूद सन। इस मौके वक् वक् उगियां शख्सियतों वलों श्रद्धांजलि भेंट की गई। होर जानकारी देखने लई जुड़े रहो साडे ए तिमान चैनल दे नाल। ਸਤਿ ਸ਼੍ਰੀ ਅਕਾਲ ਜੀ, ਮੈਂ ਸਨੀ। ਥੈਂਕ ਯੂ ਏ ਤਮਾਨ ਚੈਨਲ। ਅੱਜ ਮੇਰੇ ਸਵਰਗੀ ਮਾਤਾ ਜਿਹੜੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ, ਮਹਾਰਾਜ ਦੇ ਚਰਨਾਂ ਜਾਵਦਾ ਜੀ, ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਪਾਠ ਤੋਂ ਉਪਰੰਤ ਭੋਗ ਪਾਏ ਗਏ ਆ। ਸਮੂਹ ਰਿਸ਼ਤੇਦਾਰ ਸਾਧ ਸੰਬੰਧੀਆਂ ਤੋਂ ਇਲਾਵਾ ਮੇਰਾ ਜਿਹੜਾ ਫੀਲਡ ਹੈ, ਮੇਰਾ ਸੱਭਿਆਚਾਰਕ ਫੀਲਡ, ਉਹਦੇ ਸਾਰੇ ਮੇਰੇ ਕਲਾਕਾਰ ਸਾਥੀ ਗਾਇਕ ਕਲਾਕਾਰ ਸਜਿੰਦੇ ਕੰਪਨੀ ਤੋਂ ਜਸ ਰੈਕਟ ਤੋਂ ਆਏ ਆ, ਉਹ ਸਾਰਿਆਂ ਨੂੰ ਮੈਂ ਥੈਂਕਸ ਬੋਲਦਾ ਜੀ। ਮੇਰੇ ਪਰਿਵਾਰ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋ ਕੇ ਖੜ੍ਹੇ, ਇਸ ਤੋਂ ਬਾਅਦ ਸਾਰਾ ਪ੍ਰੈਸ ਮੀਡੀਆ ਸਾਰਿਆਂ ਨੂੰ ਤੈਨੂੰ ਧੰਨਵਾਦੀ ਹਾਂ ਜੀ। ਅਤੇ ਦੋ ਸ਼ਬਦ ਮੈਂ ਕਹਿਣਾ ਚਾਹੁੰਦਾ ਕਿ ਮਾਂ ਅਤੇ ਬਾਪ ਇਹ ਰੁੱਤ ਦੇ ਮੇਵੇ ਨੇ। ਮੈਨੂੰ ਤਾਂ ਸਿਆਣੇ ਨੇ ਕਿਹਾ ਸੀ ਇਹ ਰੁੱਤ ਦੇ ਮੇਵੇ ਹੈ, ਇਹ ਰੁੱਤ ਇੱਕ ਵਾਰ ਹੀ ਆਉਂਦੀ ਹੈ, ਜੇ ਇੱਕ ਵਾਰ ਇਹ ਰੁੱਤ ਆ ਕੇ ਚਲੇ ਜਾਵੇ ਫਿਰ ਮੁੜ ਕੇ ਨਹੀਂ ਆਉਂਦੀ। ਜਦੋਂ ਬਾਪੂ ਮਰਿਆ ਸੀ, ਬਾਪੂ ਮੇਰਾ ਗਿਆ ਸੀ, ਮੈਨੂੰ ਲੱਗਿਆ ਸੀ ਮੇਰੇ ਸਿਰ ਤੋਂ ਛੱਤ ਉੱਡ ਗਈ ਹੈ। ਬਾਪੂ ਮਰਿਆ ਸੀ, ਲੱਗਿਆ ਸੀ ਛੱਤ ਉੱਡ ਗਈ ਹੈ। ਜਦੋਂ ਅੱਜ ਮਾਂ ਛੱਡ ਕੇ ਗਈ ਹੈ ਤਾਂ ਇਹ ਲੱਗਦਾ ਕਿ ਪੈਰਾਂ ਨੀਚੋਂ ਜ਼ਮੀਨ ਨਿਕਲੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਬੜੇ ਦੁੱਖ ਦੇ ਨਾਲ, ਦੁਖੀ ਹਿਰਦੇ ਦੇ ਨਾਲ ਸਾਡੇ ਭਾਅ ਜੀ ਸਨੀ ਬੜੌਦੀ ਤੋਂ, ਬਹੁਤ ਅੱਛੇ ਆਰਟਿਸਟ ਸਾਡੇ ਪਰਿਵਾਰ ਦੇ ਵਿੱਚੋਂ, ਸੋ ਸੁਣ ਕੇ ਅੱਜ ਬਹੁਤ ਦੁੱਖ ਲੱਗਿਆ, ਕਿਉਂਕਿ ਸਿਆਣਿਆਂ ਨੇ ਕਿਹਾ ਹੈ ਕਿ ਮਾਂ ਵਰਗਾ ਕਣਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਸਾਰੀ। ਸੋ ਜਿਹੜਾ ਮਾਂ ਬਾਪ ਦਾ ਘਾਟਾ ਏ, ਬੇਸ਼ੱਕ ਉਹ ਉਮਰ ਲੋਕਾਚਾਰੀ ਦੁਨੀਆਚਾਰੀ ਜਿੰਨੀ ਮਰਜ਼ੀ ਹੋਵੇ, ਪਰ ਉਹ ਘਾਟਾ ਜ਼ਿੰਦਗੀ 'ਚ ਕਦੇ ਵੀ ਪੂਰਾ ਨਹੀਂ ਹੁੰਦਾ। ਸੋ ਬੜੇ ਦੁੱਖ ਦੇ ਨਾਲ ਅੱਜ ਕਹਿਣਾ ਪੈ ਰਿਹਾ ਕਿ ਸਾਡੇ ਸਨੀ ਭਾਅ ਜੀ, ਸੋ ਉਹਨਾਂ ਦੀ ਮਾਤਾ ਜੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ, ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ, ਸੋ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਾ ਸੰਗੀਤਕ ਪਰਿਵਾਰ, ਸੋ ਆਪਾਂ ਸਨੀ ਭਾਈ ਦੇ ਨਾਲ ਹੈ, ਸੋ ਇਹੀ ਅਰਦਾਸ ਕਰਾਂਗੇ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸੋ ਪਰਮਾਤਮਾ ਇਸ ਤਰ੍ਹਾਂ ਦੇ ਜਿਹੜੇ ਦਿਨ ਨੇ ਕਦੇ ਕਿਸੇ 'ਤੇ ਨਾ ਲਿਆਵੇ, ਕਿਉਂਕਿ ਮਾਂ ਬਾਪ ਦਾ ਜਿਹੜਾ ਘਾਟਾ ਏ, ਖਾਸ ਕਰਕੇ ਮਾਂ ਦਾ ਘਾਟਾ, ਉਹ ਕਦੇ ਵੀ ਪੂਰਾ ਨਹੀਂ ਹੁੰਦਾ। ਸੋ ਬਹੁਤ ਦੁੱਖ ਲੱਗ ਰਿਹਾ। ਸੋ ਮੇਰੇ ਨਾਲ ਵੀਰ ਅਬੀ ਸਲੀਮ ਸਾਬਰੀ, ਪਿੰਕਾ ਜੀ, ਸੋ ਪਲੀਜ਼ ਉਹ ਤੁਸੀਂ ਵੀ ਦੋ ਬਚਨ ਮਾਤਾ ਜੀ ਬਾਰੇ ਜ਼ਰੂਰ ਬੋਲੋ। ਸੋ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਵੀਰ ਸਨੀ ਚੰਗਾ ਨਾ ਕਮਾਇਆ, ਵੀਰ ਨਾ ਖੈਰ ਇਸ ਗੱਲ ਹੀ, ਉਸ ਮਾਂ ਦੀ ਬਦੌਲਤ ਆ ਜਿਨ੍ਹਾਂ ਨੇ ਇਹਨਾਂ ਨੂੰ ਪੈਦਾ ਕੀਤਾ, ਉਸ ਮਾਂ ਦੀ ਬਦੌਲਤ ਅੱਜ ਉਹ ਸੰਸਾਰ ਛੱਡ ਕੇ ਚਲੇ ਗਏ ਨੇ। ਚਲੋ ਇਕੱਠੇ ਹੋਏ ਜੀ ਵੀਰ ਦੇ ਨਾਲ ਖੜ੍ਹੇ ਆ, ਅਫਸੋਸ ਵਾਸਤੇ ਅਰਦਾਸ ਕਰਦੇ ਹਾਂ ਮਾਲਕ ਅੱਗੇ ਕਿ ਵੀਰ ਨੂੰ ਉਸ ਪਰਿਵਾਰ 'ਚੋਂ ਵਿਛੜੀ ਰੂਹ ਦਾ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਇਹ ਤਮਾਮ ਚੈਨਲ ਵਾਲਿਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਜੀ, ਜਿਹੜੇ ਕਿ ਸਾਡੇ ਨਾਲ ਸਾਡੀ ਗੱਲਬਾਤ ਸੁਣਨ ਦੇ ਲਈ ਤਿਆਰ ਨੇ, ਪਹੁੰਚੇ ਨੇ। ਸਾਰਿਆਂ ਦਾ ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਮਾਮ ਚੈਨਲ 'ਤੇ ਤੁਹਾਡਾ ਅੱਜ ਸੋਗ ਦੀ ਘੜੀ ਵਿੱਚ ਪਹੁੰਚਣ 'ਤੇ ਬਹੁਤ ਧੰਨਵਾਦ ਜੀ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ
ਸਾਡੇ ਵੀਰ ਸੰਨੀ ਗਿੱਲ ਜੀ ਉਹਨਾਂ ਦੀ ਮਾਤਾ ਜੀ ਪਿੱਛੇ ਥੋੜ੍ਹੇ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਉਹਨਾਂ ਦੀ ਦੇਹਾਂਤ ਹੋ ਗਿਆ ਸੀ। ਅੱਜ ਉਹਨਾਂ ਦੇ ਭੋਗ ਦੇ ਮੌਕੇ 'ਤੇ ਸਾਰੇ ਸਕੇ ਸੰਬੰਧੀ ਮਿੱਤਰ ਪ੍ਰੇਮੀ ਗੀਤਕਾਰ ਸੰਗੀਤਕਾਰ ਬਹੁਤ ਮਹਾਨ ਹਸਤੀਆਂ ਇਕੱਤਰ ਹੋਈਆਂ ਨੇ ਅਤੇ ਸਾਰਿਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਸੰਨੀ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨੇ ਸਾਥ ਦਿੱਤਾ ਉਹਨਾਂ ਦਾ। ਅਸੀਂ ਸਾਰਿਆਂ ਦਾ ਵੀਰਾਂ ਦਾ ਜਿੰਨੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸੰਨੀ ਗਿੱਲ ਜੀ ਨਾਲ ਦੇ ਦੁੱਖ ਦੇ ਵਿੱਚ ਹਾਜ਼ਰ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਤੁਹਾਡਾ ਇਹ ਧੀਮਾਨ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਬੜੌਦੀ ਪਹੁੰਚੇ ਹਾਂ ਜਿੱਥੇ ਕਿ ਸਾਡੇ ਮਿੱਤਰ ਸੰਨੀ ਗਿੱਲ ਜੀ ਉਹਨਾਂ ਦੇ ਮਾਤਾ ਜੀ ਕੁਛ ਦਿਨ ਪਹਿਲਾਂ ਐਕਸਪਾਇਰ ਹੋ ਗਏ ਸੀ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਹਾਂ। ਸੋ ਸਾਰੇ ਸਾਡੇ ਕਲਾਕਾਰ ਵੀਰ ਗੀਤਕਾਰ ਜਿੰਨੇ ਵੀ ਇੱਥੇ ਪਹੁੰਚੇ ਆ ਅਸੀਂ ਸੰਨੀ ਗਿੱਲ ਜੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਏਤਮਾਨ ਚੈਨਲ ਜੀ ਜੋ ਕਵਰੇਜ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਥੈਂਕ ਯੂ। ਵਾਹਿਗੁਰੂ ਜੀ ਕੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਜਿਹਾ ਕਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਤਾਰੀ ਉਸ ਰੱਬ ਨੇ ਸਵਰਗ ਬਣਾਏ, ਇਸ ਰੱਬ ਨੇ ਸਵਰਗ ਬਣਾਏ। ਸਾਡੇ ਵੱਡੇ ਵੀਰ ਸੰਨੀ ਗਿੱਲ ਬੜੌਦੀ ਤੋਂ, ਉਹਨਾਂ ਦੇ ਮਾਤਾ ਜੀ ਗੁਲਰਾਜ ਕੌਰ ਜੋ ਕਿ ਪਿਛਲੇ ਦਿਨੀਆਂ ਅਕਾਲ ਚਲਾਣਾ ਕਰ ਗਏ ਸੀਗੇ, ਅੱਜ ਉਹਨਾਂ ਦੀ ਅੰਤਿਮ ਅਰਦਾਸ 'ਤੇ ਇਕੱਠੇ ਹੋਏ ਹਾਂ। ਸੋ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਔਰ ਪਰਿਵਾਰ ਨੂੰ ਇਹ ਜੋ ਅਸਹਿ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਇਹਨੂੰ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਅੱਜ ਅਸੀਂ ਸੰਨੀ ਗਿੱਲ ਦੀ ਮਾਤਾ ਦਿਲਵਾਰ ਕੌਰ ਦੇ ਦੇਹਾਂਤ 'ਤੇ ਅੰਤਿਮ ਅਰਦਾਸ 'ਤੇ ਇਕੱਠੇ ਹੋਏ ਨੇ ਅਤੇ ਸਾਰੇ ਮੇਰੇ ਵੀਰ ਕਲਾਕਾਰ ਗੀਤਕਾਰ ਸੰਗੀਤਕਾਰ ਅਤੇ ਸਕੇ ਸੰਬੰਧੀ ਆਏ। ਅਸੀਂ ਸੰਨੀ ਗਿੱਲ ਅਤੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਪਰਮਾਤਮਾ ਅਤੇ ਸਾਰੇ ਸਗੇ ਸੰਬੰਧੀਆਂ ਵੱਲੋਂ ਇਹੀ ਅਰਦਾਸ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਧੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ।